ਸੋ ਹੈਲੋ ਗਾਇਸ ਕਿਦਦ ਤੁਸੀ ਸਾਰੇ ਆਈ ਹੋਪ ਤੁਸੀ ਸਾਰੇ ਵਧੀਆ ਹੋਣੇ ਨੇ ਸੋ ਗਾਇਸ ਅੱਜ ਦੀ ਇਸ ਵੀਡੀਓ ਜੇ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ ਕੁਝ ਮਿਸਟੇਕਸ ਦੇ ਬਾਰੇ ਚ ਜੋ ਕਿ ਮੋਸਟਲੀ ਇੰਟਰਨੈਸ਼ਨਲ ਸਟੂਡੈਂਟ ਇੱਥੇ ਆ ਕੇ ਕਰਦੇ ਨੇ ਐਂਡ ਮੈਂ ਚਾਹੁੰਦਾਗਾ ਜਿਹੜੇ ਨਿਊ ਸਟੂਡੈਂਟ ਇੱਥੇ ਆਂਦੇ ਪਏ ਨੇ ਉਹ ਇਹ ਮਿਸਟੇਕ ਨਾ ਕਰਨ ਤਾਂ ਬਹੁਤ ਵਧੀਆ ਰਹੂਗਾ ਜੇ ਮਤਲਬ ਇਹ ਹਾਲ ਫਿਲਾਲ ਚ ਗਲਤੀ ਨਾ ਹੋਈ ਮਿਸਟੇਕ ਹੋ ਗਈ ਤਦੋਂ ਤਾਂ ਫਿਰ ਤੁਸੀਂ ਇਦਾਂ ਦੀ ਫੀਲਿੰਗ ਲੂਗੇ ਸਾਲਾ ਇਹ ਦੁੱਖ ਕਾਇ ਖਤਮ ਨਹੀਂ ਹੁੰਦਾ ਬੇ ਸੋ ਯਾ ਜੇ ਤੁਸੀਂ ਇਧਰ ਹੀ ਫੀਲਿੰਗ ਨਹੀਂ ਲੈਣੀ ਤਾਂ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਧਿਆਨ ਨਾਲ ਸੁਣੀਓ ਐਂਡ ਤੁਸੀਂ ਇੱਕ ਗਲਤੀ ਨਾ ਕਰਿਓ ਸੋ ਯਾ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਦੱਸ ਦਵਾਂ ਗਾਇਸ ਮੇਰਾ ਨਾਮ ਅਸੀਸ ਆ ਮੇਰਾ ਤੁਹਾਨੂੰ ਸਵਾਗਤ ਕਰਦਾ ਗਾ ਅਸੀਸ ਬਲੌਗ ਚੈਨਲ 'ਚ ਸੋ ਵਿਦਾਊਟ ਵੇਸਟਿੰਗ ਟਾਈਮ 让我们 ਸਟਾਰਟ ਦਿਸ ਵੀਡੀਓ ਸੋ ਗਾਇਸ ਮਿਸਟੇਕ ਨੰਬਰ 1 ਡੂਇੰਗ ਪਲੇਜਰਿਜ਼ਮ ਸੋ ਪਲੇਜਰਿਜ਼ਮ ਦਾ ਸੀਨ ਕੀ ਹੈ ਇੱਥੇ ਜੇ ਤੁਸੀਂ ਕੋਈ ਵੀ ਸੋਰਸ ਤੁਸੀਂ ਕਾਪੀ ਕਰਦੇ ਨੇ ਫੋਰ ਐਗਜ਼ਾਮਪਲ ਕੋਈ ਵੀ ਸੋਰਸ ਹੋਵੇ ਫੋਰ ਐਗਜ਼ਾਮਪਲ ਤੁਸੀਂ ਇੰਟਰਨੈਟ ਹੋਵੇ ਬੁੱਕ ਹੋਵੇ ਜੇ ਤੁਸੀਂ ਉੱਥੋਂ ਕੋਈ ਵੀ ਚੀਜ਼ ਚੱਕੀ ਗਈ ਐਂਡ ਤੁਸੀਂ ਉਹਨੂੰ ਰੈਫਰੈਂਸ ਨਹੀਂ ਦਿੱਤਾ ਤਾਂ ਤੁਹਾਨੂੰ ਉੱਥੇ ਤੁਹਾਡਾ ਟੀਚਰ ਤੁਹਾਨੂੰ ਪਲੇਜਰਿਜ਼ਮ ਦੇ ਕੇਸ ਫਸਾ ਦੂੰਗਾ ਐਂਡ ਇਹ ਮੇਨਲੀ ਇਸ ਚੀਜ਼ ਨਾਲ ਵੀ ਨਹੀਂ ਹੁੰਦਾ ਇਹ ਤਾਂ ਦੋ ਵੀ ਹੁੰਦਾ ਜੇ ਤੁਸੀਂ ਕੋਈ ਚੀਟਿੰਗ ਕਰੋ ਆਪਣੇ ਦੋਸਤਾਂ ਦੇ ਡਾਕੂਮੈਂਟ ਤੋਂ ਫੋਰ ਐਗਜ਼ਾਮਪਲ ਤੁਸੀਂ ਕਾਪੀ ਪੇਸਟ ਕਰੋ ਸੇਮ ਜਿਹੜੇ ਦੋਸਤ ਨੇ ਲਿਖਿਆ ਹੋਇਆ ਹੈਗਾ ਐਂਡ ਤੁਸੀਂ ਸੇਮ ਹੀ ਛਾਪ ਕੇ ਤੁਸੀਂ ਅਪਲੋਡ ਕਰਤਾ ਕੋਈ ਦੀ ਵੈਬਸਾਈਟ ਤੇ ਤਾਂ ਵੀ ਤੁਹਾਨੂੰ ਪਲੇਜਰੀਸਮ ਪੈਂਦਾਗਾ ਸੋ ਯਾ ਇਟਸ ਅ ਵੈਰੀ ਬਿਗ ਇਸ਼ੂ ਹੇਅਰ ਕਿਉਂਕਿ ਜੇ ਤੁਸੀਂ ਫਸਟ ਟਾਈਮ ਫੜੇ ਜਾਂਦੇ ਹੋ ਨਾ ਕਾਲਜ ਵਿੱਚ ਥੈਨ ਤੁਹਾਡੇ ਜਿਹੜੇ ਕਾਲਜ ਵਾਲੇ ਹੋਣਗੇ ਉਹ ਤੁਹਾਨੂੰ 10% ਡਿਡਕਟ ਕਰ ਦੂंगे ਤੁਹਾਡੇ ਓਵਰਆਲ ਕੋਰਸ ਚ ਐਂਡ ਤੁਹਾਨੂੰ ਵਾਰਨਿੰਗ ਦੇ ਦੂੰਗੇ ਐਂਡ ਜੇ ਤੁਸੀਂ ਸੈਕੰਡ ਟਾਈਮ ਫੜੇ ਜਾਂਦੇ ਨੇ ਤਾਂ ਤੁਹਾਨੂੰ ਕੋਲਜ ਜਲਤ ਤੁਹਾਨੂੰ ਬਾਹਰ ਕੱਢ ਦੂੰਗੇ ਕੋਲਜ ਤੋਂ ਐਂਡ ਗਾਈਜ਼ ਮੈਂ ਯੂਨੀਵਰਸਿਟੀ ਦੀ ਗੱਲ ਕਰਾਂ ਜੇ ਤੁਸੀਂ ਫਸਟ ਅਟੈਂਪਟ 'ਚ ਤੁਸੀਂ ਇਸ ਚੀਜ਼ ਫੜੇ ਜਾਂਦੇ ਨੇ ਮਤਲਬ ਪਲੇਜਿਅਰਿਜ਼ਮ ਦੇ ਕੇਸ 'ਚ ਥੈਨ ਤੁਹਾਨੂੰ ਯੂਨੀਵਰਸਿਟੀ ਵਾਲੇ ਇਹੀ ਕਹੂਗੇ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਸੋ ਜੋ ਕਿ ਮੈਂ ਗਾਈਜ਼ ਕਹੂੰਗਾ ਬਹੁਤ ਹੀ ਗੰਦਾ ਸਿਨੈਰੀਓ ਹੋਊਗਾ ਟ੍ਰੇਲੀ ਕਿਉਂਕਿ ਤੁਸੀਂ ਬਹੁਤ ਮੁਸ਼ਕਿਲਾਂ ਤੁਸੀਂ ਫੀਸ ਭਰੀ ਵੀ ਕੋਲਜ ਦੀ ਐਂਡ ਯੂਨੀਵਰਸਿਟੀ ਜੇ ਤੁਸੀਂ ਇਸ ਕੇਸ ਚ ਫੜੇ ਜਾਂਦੇ ਨੇ ਤੁਹਾਨੂੰ ਕਾਲਜ ਉੱਤੇ ਜਾਂ ਯੂਨੀਵਰਸਿਟੀ ਤੇ ਤੁਹਾਨੂੰ ਬਾਹਰ ਕੱਢ ਦਿੰਦੇ ਨੇ ਕਾਲਜ ਤੋਂ ਤਾਂ ਤੁਹਾਨੂੰ ਐਡਮਿਸ਼ਨ ਲੈਣਾ ਕਿਤੇ ਹੋਰ ਕਾਲਜ ਵੀ ਔਖ ਹੋ ਜਾਊਗਾ ਕਿਉਂਕਿ ਹਰ ਇੱਕ ਕਾਲਜ ਰਿਕਾਰਡ ਚੈੱਕ ਕਰਦਾਗਾ ਤੁਹਾਡਾ ਜੇ ਤੁਹਾਡੇ ਪੁਰਾਣੇ ਕਾਲਜ ਦੇ ਵਿੱਚ ਤੁਹਾਡੇ ਰਿਕਾਰਡਸ ਹੋਏ ਹੋਏ ਤੁਹਾਡੇ ਪਲੇਜਰੀਸਮ ਪਈਗਾ ਥੈਨ ਤਾਂ ਉਸੇ ਮਤਲਬ ਕਿ ਉੱਥੇ ਐਡਮਿਸ਼ਨ ਤੁਹਾਡਾ ਲੈਣਾ ਬਹੁਤ ਮੁਸ਼ਕਿਲਗਾ ਸੋ ਯਾ ਮੈਂ ਐਕਸਰਸ ਕਰੂੰਗਾ ਤੁਸੀਂ ਚੀਟਿੰਗ ਦੇ ਕੇ ਨਾ ਸੋ ਅਗਰ ਗਾਇਸ ਮੈਂ ਸੋਲੂਸ਼ਨ ਨਿਕਲ ਕਰਾਂ ਤਾਂ ਸਿਰਫ ਇਹ 21 ਸੋਲੂਸ਼ਨਗਾ ਜੇ ਤੁਸੀਂ ਕੋਈ ਵੀ ਸੋਰਸ ਤੋਂ ਫੋਰ ਐਗਜ਼ਾਮਪਲ ਇੰਟਰਨੈਟ ਜਾਂ ਫਿਰ ਤੁਸੀਂ ਬੁੱਕ ਤੋਂ ਤੁਸੀਂ ਸੋਰਸ ਕਾਪੀ ਕਰਦੇ ਪਏ ਨੇ ਉਸ ਤੋਂ ਪਹਿਲਾਂ ਮੇਕ ਸ਼ੁਰ ਤੁਸੀਂ ਉਸ ਚੀਜ਼ ਦਾ ਪੈਰਾਫਰੇਜ਼ ਕਰ ਦੋ ਥੈਨ ਉਹਦੇ ਇਨ ਦਾ ਐਂਡ ਤੁਸੀਂ ਉਹਦਾ ਰੈਫਰੈਂਸ ਲਿਖ ਦੋ ਕਿ ਤੁਸੀਂ ਕਿੱਥੋਂ ਇਹ ਚੱਕਿਆ ਪਿਆਗਾ ਤਾਂ ਕਿ ਜਦੋਂ ਤਾਂ ਇਨਸਟਰਕਟਰ ਤੁਹਾਡੀ ਅਸਾਈਨਮੈਂਟ ਚੈੱਕ ਕਰੇ ਤੁਹਾਨੂੰ ਲੱਗੇ ਕਿ ਹਾਂ ਤੁਸੀਂ ਇਸ ਇਸ ਚੀਜ਼ ਤੋਂ ਤੁਸੀਂ ਇਨਫੋਰਮੇਸ਼ਨ ਲਈਏ ਇਸ ਚੀਜ਼ ਦੀ ਐਂਡ ਤੁਸੀਂ ਇਹ ਤੋਂ ਲਿਖਿਆਗਾ ਆਪਣੇ ਵੱਲੋਂ ਤਾਂ ਜਿਸ ਕਰਕੇ ਤੁਸੀਂ ਉੱਥੇ ਪਲੇਜਿਅਰਿਜ਼ਮ ਦੇ ਸੀਨ ਤੋਂ ਬਚ ਜਾਓਗੇ। ਟੈਕ ਨੰਬਰ 2 ਨੀਡ ਵਰਸਸ ਵਾਂਟ। ਵੈਲ ਗਾਇਸ ਮੈਂ ਕਿਤੇ ਕਾਫੀ ਸਟੂਡੈਂਟ ਦੇਖੇ ਨੇ ਜੋ ਕਿ ਇੱਥੇ ਆ ਕੇ ਉਹ ਆਪਣੇ ਸੌਂਗ ਪੂਰੇ ਕਰਦੇ ਨੇ ਐਂਡ ਇਹ ਕਾਫੀ ਅੱਛੀ ਗੱਲ ਹੈ। ਜੇ ਗਾਇਸ ਤੁਸੀਂ ਆਪਣੇ ਸੌਂਗ ਕੀ ਪੂਰੇ ਕਰੋਗੇ ਐਂਡ ਤੁਸੀਂ ਨੂੰ ਜ਼ਿਆਦਾ ਪਾਇਓਰਿਟੀ ਦੋਗੇ ਅ ਐਸ ਕੰਪੇਅਰ ਟੂ ਨੀਡਸ ਦੈਨ ਇਹ ਤੁਹਾਨੂੰ ਬਹੁਤ ਵੱਡਾ ਮਤਲਬ ਕੀ ਪ੍ਰੋਬਲਮ ਦੇ ਸਾਈਨ ਚ ਪਾ ਸਕਦਾ ਵਾ। ਵੀ ਗ੍ਰੋਸ ਤੁਸੀਂ ਇਨ ਫਿਊਚਰ ਆਪਣੀ ਫੀਸ ਵੀ ਦੇਖਣੀਗੀ ਐਂਡ ਉਹਨਾਂ ਜਿਹੜੇ ਅਦਰ ਐਕਸਪੈਂਸ ਹੈਗੇ ਉਹ ਵੀ ਤੁਸੀਂ ਦੇਖਣੇਗੇ ਐਂ ਜੀ ਤੁਸੀਂ ਸੌਂਕ ਹੀ ਪੂਰੇ ਕਰਦੇਗੇ ਆਪਣੇ ਮਤਲਬ ਕਿ ਐਜ਼ ਆਈ ਸੈਡ ਤੁਸੀਂ ਪਾਇਓਰਿਟੀ ਸੌਂਕ ਨੂੰ ਦੂਗੇ ਜ਼ਿਆਦਾ ਆਪਣੀ ਥੈਨ ਤੁਸੀਂ ਮਤਲਬ ਕਿ ਫੀਸ ਤੁਸੀਂ ਕਿੱਦਾਂ ਪੂਰੀ ਕਰੋਗੇ ਇਟਸ ਵੈਰੀ ਡਿਫਿਕਲਟ ਫॉर ਯੂ ਗਾਇਜ਼ ਟੂ ਬੀ ਓਨੈਸਟ ਆ ਪਾਰਟ ਟਾਈਮ ਵਰਕ ਨਾ ਸਿਵ ਤੁਹਾਡਾ 75% ਜਿਹੜਾ ਹਿੱਸਾ ਹੋਊਗਾ ਉਹ ਤੁਹਾਡੇ ਕਾਰ ਦਾ ਤੁਹਾਡੇ ਬਾਲੀ ਚੀਜ਼ਾਂ ਜੋ ਤੁਸੀਂ ਦੂਗੇ ਕਰ ਲਈ ਉੱਚੀ ਟੋੜਾ ਨਿਕਲ ਜਾਣਾਗਾ ਐਂਡ ਜੇ ਬੱਚਾ ਉਹ ਚ 20 25% ਹਿੱਸਾ ਉਹ ਤੁਹਾਡਾ ਜਾਣਾ ਕਾਲਜ ਨੂੰ ਤਾਂ ਜਿਸ ਕਰਕੇ ਤੁਹਾਨੂੰ ਮਤਲਬ ਕਿ ਉੱਚੀ ਡਿਫਿਕਲਟੀ ਖੁੱਤ ਆਉਂਗੀ ਅਪੀ ਤੁਈ ਖੁਦ ਸੋਚੋ ਤੁਸੀਂ ਉਹ ਚ ਸੌਂਗ ਪੂਰੇ ਕਰਨੀਏ ਤੁਸੀਂ ਆਪਣੀ ਫੀਸ ਦੇਖਣੀਗੀ ਸੋ ਯਾ ਤੁਸੀਂ ਮਤਲਬ ਮੈਂ ਇਹ ਕਹਾਂ ਚਾਹੁੰਗਾ ਕਿ ਤੁਸੀਂ ਸਟੌਂਕ ਵੀਮੈਂਡ ਪੂਰੇ ਕਰੋ ਬਟ ਇੱਕ ਲਿਮਿਟ 'ਚ ਕਰੋ ਤਾਂ ਕਿ ਤੁਹਾਨੂੰ ਇਨ ਫਿਊਚਰ ਉਹ ਉਸ ਚੀਜ਼ ਦਾ ਪਸਤਾਵਾ ਨਾ ਹੋਵੇ ਮਿਸਟੇਕ ਨੰਬਰ 3 ਨੋਟ ਚੂsing ਯੋਰ ਕੋਰਸ ਵਾਈਸਲੀ ਵੈਲ ਇੱਥੇ ਕਾਫੀ ਸਾਰੇ ਮੈਂ ਕਹੂੰਗਾ ਪੰਜਾਬੀ ਬੰਦੇ ਨੇ ਜਿਹੜੇ ਮਤਲਬ ਕਿ ਬਿਨਾਂ ਸੋਚੇ ਸਮਝੇ ਇੱਥੇ ਆ ਜਾਂਦੇ ਨੇ ਕਿ ਚਲੋ ਕਹਿੰਦੇ ਪੀਆਰ ਹੀ ਲੈਣੀ ਹੈ ਕੋਈ ਵੀ ਸਬਜੈਕਟ ਚੱਕ ਲੈਂਦੇ ਨੇ ਹਨਾ ਤਾਂ ਕਾਫੀ ਸਾਰੇ ਇਦਾਂ ਮਿਸਟੇਕ ਕਰਦੇ ਨੇ ਕਿਉਂਕਿ ਜਦੋਂ ਕੋਰਸ ਚੱਕਦੇ ਨੇ ਐਂਡ ਇੱਥੇ ਆਂਦੇ ਨੇ ਐਂਡ ਉਹ ਸਟਾਰਟ ਕਰਦੇ ਨੇ ਉਹਦੇ ਵਿੱਚ ਉਹਨਾਂ ਨੂੰ ਬੜੀ ਡਿਫਿਕਲਟੀ ਤੇ ਸਾਹਮਣਾ ਕਰਨਾ ਪੈਂਦਾ ਕਿਉਂਕਿ ਅ ਇੱਥੇ ਦੇ ਮਤਲਬ ਕਿ ਜਿਹੜੇ ਕੋਰਸ ਹੁੰਦੇ ਨੇ ਸੇਮ ਹੀ ਹੁੰਦੇ ਨੇ ਸਾਡੇ ਇੰਡੀਆ ਦੇ ਅ ਅਕੋਰਡਿੰਗ ਐਂਡ ਇੱਥੇ ਦੇ ਮਤਲਬ ਕਿ ਸਟੱਡੀ ਵੀ ਬੜੀ ਈਜ਼ੀ ਹੁੰਦੀ ਗਈ ਬਟ ਪ੍ਰੋਬਲਮ ਕਦੋਂ ਦੀ ਪ੍ਰੋਬਲਮ ਤਦੋਂ ਦੀ ਜਦੋਂ ਆਪਾਂ ਉਸ ਸਟੱਡੀ ਨੂੰ ਸੀਰੀਅਸ ਨਹੀਂ ਨਾਲ ਲਈਏ ਐਂਡ ਸੋਚੀ ਆਪਾਂ ਚਲੂ ਇੱਦਾਂ ਹੀ ਚੱਕਿਆ ਪਿਆ ਜਦੋਂ ਆਪਾਂ ਇੱਦਾਂ ਹੀ ਚੱਕਦੇ ਨੇ ਆਪਾਂ ਇੱਦਾਂ ਹੀ ਸਟਾਰਟ ਕਰਦੇ ਨੇ ਤਾਂ ਸਾਨੂੰ ਇਦਾਂ ਹੀ ਪੰਗੇ ਆਉਂਦੇ ਨੇ ਮੈਨੂੰ ਵੀ ਤੁਸੀਂ ਸਮਝ ਗਈ ਹੋਣੀ ਮੈਂ ਕੀ ਕਹਿਣਾ ਚਾਹੁੰਦਾ ਪਿਆ ਬਟ ਤਾਂ ਵੀ ਆਸਟ੍ਰੇਲੀਆ ਤੁਸੀਂ ਮਤਲਬ ਜੇ ਤੁਸੀਂ ਤੇ ਕੈਨੇਡਾ ਆਂਦੇ ਪਏ ਨੇ ਤੁਸੀਂ ਮੇਕ ਸ਼ੁਰ ਕਰੋ ਤੁਸੀਂ ਕੀ ਚਗਦੇ ਪਏ ਨੇ ਐਂਡ ਜੋ ਤੁਸੀਂ ਚਗਦੇ ਪਏ ਨੇ ਉਹ ਤੁਹਾਡੇ ਫਿਊਚਰ ਲਈ ਮਤਲਬ ਕਿ ਬੈਨੀਫੀਸ਼ੀਅਲ ਹੈਗਾ ਜਾਂ ਹੈ ਨਹੀਂ ਮੈਂ ਇਹੀ ਕਹੂੰਗਾ ਕਿਉਂਕਿ ਯਾਰ ਸਾਰੇ ਕੁਝ ਲੋਕੀ ਕਹਿੰਦੇ ਇੱਥੇ ਪੜਨ ਦਾ ਫਾਇਦਾ ਨਹੀਂ ਹੈ ਕੈਨੇਡਾ ਵਿੱਚ ਪਰ ਮੈਂ ਕਹੂੰਗਾ ਪੜਨ ਦਾ ਬਹੁਤ ਫਾਇਦਾ ਹੈ ਕੈਨੇਡਾ ਵਿੱਚ ਇੱਥੇ ਤੁਹਾਨੂੰ ਐਪਰੀਸ਼ੀਏਸ਼ਨ ਮਿਲਦੀਗੀ ਜੇ ਤੁਸੀਂ ਸਟੱਡੀ ਕਰਦੇ ਨੇ ਐਂਡ ਤੁਹਾਡੀ ਸਟੱਡੀ ਦੇ ਬੇਸ ਤੇ ਐਂਡ ਤੁਹਾਡੀ ਨੋਲਿਜ ਦੇ ਬੇਸ ਤੇ ਤੁਹਾਨੂੰ ਇੱਥੇ ਕੰਮ ਮਿਲਦਾਗਾ ਐਂਡ ਸਕਿੱਲ ਦੇ ਬੇਸ ਤੇ ਵੀ ਯਾ ਸੋ ਯਾ ਮੈਂ ਇਹੀ ਕਹੂੰਗਾ ਜੋ ਤੁਸੀਂ ਧਿਆਨ ਦੇ ਪਏ ਨੇ ਆਪਣਾ ਕੋਰਸ ਤੁਸੀਂ ਜੋ ਵੀ ਸਿਲੈਕਟ ਕਰਦੇ ਹੋ ਬਣੇ ਮੇਕ ਸ਼ੁਰ ਕਰੋ ਤੁਸੀਂ ਉਹ ਸਿਲੈਕਟ ਕਰਨਾਗਾ ਐਂਡ ਉਹ ਦੇ ਅਕੋਰਡਿੰਗ ਤੁਸੀਂ ਆਪਣੇ ਫਿਊਚਰ ਦੀ ਸਟੱਡੀ ਦੇ ਐਂਡ ਵਨ ਮੋਰ ਥਿੰਕ ਅਬਾਊਟ ਥਰਡ ਮਿਸਟੇਕ ਦੂਸਰੀ ਜਦੋਂ ਵੀ ਕੋਈ ਕੋਰਸ ਸਿਲੈਕਟ ਕਰਦੇ ਬਣੇ ਉਹਦੇ ਇਲੈਕਟਿਵ ਟਿਆਰਨ ਦੇਖ ਲਿਓ ਉਹਦੇ ਇਲੈਕਟਿਵ ਕਿਹੜੇ-ਕਿਹੜੇ ਨੇ ਕਿਉਂਕਿ ਜਦੋਂ ਇੱਥੇ ਸਟੂਡੈਂਟ ਆਂਦੇ ਨੇ ਉਹ ਇਲੈਕਟਿਵ ਇਥੇ ਸਿਰਫ ਦੋ ਮੇਨ ਹੁੰਦੇ ਨੇ ਜੋ ਕਿ ਸਾਡੇ ਮਤਲਬ ਕੋਰਸ ਨੂੰ ਫੁੱਲਫਿਲ ਕਰਦੇ ਨੇ ਜੇ ਆਪਾਂ ਦੋ ਐਕਸਟਰਾ ਕਰੀਏ ਇਲੈਕਟਿਵ ਤਾਂ ਸਾਡੇ ਕੋਰਸ ਨੂੰ ਫੁੱਲਫਿਲ ਨਹੀਂ ਕਰਦੇ ਨੇ ਉਹ ਸਾਡੇ ਐਕਸਟਰਾ ਸਾਡੇ ਦੇ ਸਿਰਫ 4 ਇਲੈਕਟਿਵ ਨੇ ਐਂਡ ਇਲੈਕਟਿਵ ਚ ਸਾਨੂੰ 2 ਮੇਨ ਚੱਕਣੇ ਪੈਂਦੇ ਨੇ ਅ ਇਲੈਕਟਿਵ ਸਾਡੇ ਕੋਰਸ ਲਈ ਬਟ ਕੁਝ ਸਟੂਡੈਂਟਸ ਹੁੰਦੇ ਨੇ ਕੋਈ 3 ਚੱਕ ਲੈਣ ਦਾ ਕੋਈ 4 ਚੱਕ ਲੈਣਾ ਜਿਸ ਕਰਕੇ ਉਹਨੂੰ ਡਿਫਿਕਲਟੀ ਆਉਂਦੀ ਗਈ ਅ ਫੀਸ ਕਰਕੇ ਐਂਡ ਜਦੋਂ ਉਹ ਉਹਨੂੰ ਪਤਾ ਚੱਲਦਾ ਕਿ ਉਹ ਜਿਹੜੇ 2 ਸਬਜੈਕਟਸ ਲਈ ਦਿੱਤੀ ਆਪਾਂ ਫੀਸ ਭਰੀ ਫालतू ਚ ਤਾਂ ਉਹਨਾਂ ਨੂੰ ਬਹੁਤ ਦੁੱਖ ਲੱਗਦਾ ਉਹ ਚੀਜ਼ ਦੇਖ ਕੇ ਸੋ ਯਾ ਮੇਕ ਸ਼ੁਰ ਜਦੋਂ ਵੀ ਤੁਸੀਂ ਇੱਥੇ ਨੋਰਕੁਇਸ ਸਪੈਸ਼ਲੀ ਨੋਰਕੁਇਸ ਕੋਲ ਜਾਉਂਗੇ ਤਾਂ ਉਧਰ ਤੁਸੀਂ ਇੱਕ ਵਾਰੀ ਇਲੈਕਟਿਵ ਦੇਖ ਲਈ ਤੁਸੀਂ ਕਿਹੜੇ ਇਲੈਕਟਿਵ ਕਰ ਲੈਣ ਉਸ ਤੋਂ ਬਾਅਦ ਟੈਨਸ਼ਨ ਨਾ ਹੋਵੇ ਜਿਆਦਾ ਫੀਸ ਦੀ ਕਿਉਂਕਿ ਮੇ ਇਹ ਮੇਲ ਨਾ ਹੋ ਚੁੱਕਾਗਾ ਤਾਂ ਯਾ ਮੈਨੂੰ ਫੇਰ ਬਾਅਦ ਚ ਪੁੱਛਤਾਵਾਂ ਕਿ ਮੇਰੇ 1900 ਡਾਲਰ ਇੱਦਾਂ ਹੀ ਫालतू ਚਲੇ ਗਏ ਇੱਕ ਸਬਜੈਕਟ ਪਿੱਛੇ ਲੇਕਨ ਨੰਬਰ 4 ਗਿਵਿੰਗ ਮੋਰ ਪ੍ਰਾਇੋਰਟੀ ਟੂ ਵਰਕ ਦੈਨ ਸਟਡੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਥੇ ਦੀ ਕਾਲਜ ਦੀ ਫੀਸ ਗਈ ਬਹੁਤ ਜ਼ਿਆਦਾ ਗਈ ਜਿਸ ਕਰਕੇ ਮੋਸਟਲੀ ਸ਼ੁਰੂਨ ਕੀ ਕਰਦੇ ਨੇ ਉਹ ਐਕਸਟਰਾ ਕੰਮ ਕਰਦੇ ਨੇ ਜਿਸ ਤੋਂ ਸੋਚਣ ਕੀ ਹਾਂ ਉਹ ਐਕਸਟਰਾ ਕੰਮ ਕਰਕੇ ਆਪਣੀ ਕੋਰਸ ਦੀ ਫੀਸ ਕਰ ਲੂਗੇ ਜੋ ਕਿ ਮੈਨੂੰ ਲੱਗਦਾ ਬਿਲਕੁਲ ਰਾਈਟ ਹੈ ਉਹ ਕਰ ਵੀ ਸਕਦੇ ਨੇ ਬਟ ਉੱਥੇ ਦਾ ਮੇਨ ਪ੍ਰੋਬਲਮ ਖੜੀ ਇਹ ਹੁੰਦੀ ਹੈ ਕਿ ਜਦੋਂ ਉਹ ਐਕਸਟਰਾ ਕੰਮ ਕਰਦੇ ਨੇ ਉਹ ਆਪਣੇ ਸਟੱਡੀ ਨੂੰ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ ਐਂਡ ਜਦੋਂ ਉਹ ਆਪਣੀ ਸਟੱਡੀ ਨੂੰ ਜ਼ਿਆਦਾ ਪਾਇਰਿਟੀ ਨਹੀਂ ਦਿੰਦੇ ਨੇ ਐਂਡ ਸਟੱਡੀ 'ਗਲ ਜ਼ਿਆਦਾ ਧਿਆਨ ਨਹੀਂ ਲੈਂਦੇ ਨੇ ਤਾਂ ਫਿਰ ਉਹਨਾਂ ਨਾਲ ਕੁਝ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿਆਂ ਦੇ ਸਕੋਰਟਾਂ 'ਚ ਕੁਝ ਖਾਸ ਨਹੀਂ ਆਉਂਦੇ ਨੇ ਓਵਰঅল ਗ੍ਰੇਡ ਗ੍ਰੇਡ ਚ ਜਿਸ ਕਰਕੇ ਉਹ ਆਪਣੇ ਸਕੋਰ ਤੋਂ ਸੈਟੀਸਫਾਈ ਨਹੀਂ ਹੁੰਦੇ ਐਂਡ ਕੁਝ ਸਟੂਡੈਂਟ ਤਾਂ ਫੇਲ ਹੋ ਜਾਂਦੇ ਨੇ ਸੋ ਜਿਸ ਕਰਕੇ ਜਿਹੜੇ ਸਟੂਡੈਂਟ ਫੇਲ ਹੁੰਦੇ ਨੇ ਉਹਨਾਂ ਨੂੰ ਐਕਸਟਰਾ ਪੈਸੇ ਦੇਣੇ ਪੈਂਦੇ ਨੇ ਆਪਣੇ ਕੋਰਸ ਲਈ ਜਿੱਥੇ ਉਹ ਫੇਲ ਹੁੰਦੇ ਨੇ ਐਂਡ ਉਹਨਾਂ ਨੂੰ ਬਾਅਦ ਚੋ ਇਹੀ ਲੱਗਦਾਗਾ ਜੋ ਉਹਨਾਂ ਨੇ ਕੰਮ ਕੀਤਾ ਉਹ ਟਾਈਮ ਵੇਸ ਸੀਗਾ ਐਂਡ ਉਸ ਤੋਂ ਵਧੀਆ ਉਹ ਪੜ ਲੈਂਦੇ ਤਾਂ ਵਧੀਆ ਸੀਗਾ ਸੋ ਯਾ ਇਹੀ ਚੀਜ਼ਾਂ ਫਿਰ ਬਾਅਦ ਚੋ ਮੋਸਟਲੀ ਸਟੂਡੈਂਟ ਫੇਸ ਕਰਾ ਮੇਰੇ ਕਹਿਣ ਦਾ ਮੇਨ ਮੋਟਿਵ ਕੀਗਾ ਕਿ ਇਹ ਹੀ ਗਾ ਕਿ ਤੁਸੀਂ ਸਟੱਡੀ ਨੂੰ ਵੀ ਜ਼ਿਆਦਾ ਪਾਇਓਰਿਟੀ ਦਿਓ ਜਿੱਥੇ ਤੁਸੀਂ ਕੰਮ ਨੂੰ ਦਿੰਦੇ ਪਏਗੇ ਕਿਉਂਕਿ ਜੇ ਤੁਸੀਂ ਸਟੱਡੀ ਨੂੰ ਪਾਇਓਰਿਟੀ ਨਹੀਂ ਦਿਉਂਗੇ ਤਾਂ ਪਿੱਛੇ ਉਹ ਕਿਤੇ ਤੁਸੀਂ ਫੇਲ ਹੋ ਜਾਓਗੇ ਫਿਰ ਤੁਸੀਂ ਪਛਤਾਵਾ ਕਰੋਗੇ ਸੋ ਯਾ ਇਹ ਮੋਸਟਲੀ ਇੰਟਰਨੈਸ਼ਨਲ ਸਟੂਡੈਂਟਸ ਲਈ ਹੈ ਜੋ ਆਂਦੇ ਪਏ ਨੇ ਇੱਥੇ ਐਂਡ ਸੋਲਦੇ ਪਏ ਨੇ ਕਿ ਹਾਂ ਆਪਾਂ ਫੁੱਲ ਟਾਈਮ ਕੰਮ ਵੀ ਕਰੂਗੇ ਐਂਡ ਸਟੱਡੀ ਵੀ ਕਰੂਗੇ ਪਰ ਕੁਝ ਸਟੂਡੈਂਟ ਥੇ ਇੱਦਾਂ ਹੋ ਜਾਂਦੇ ਨੇ ਕਿ ਹਾਂ ਕਹਿੰਦੇ ਸਟੱਡੀ ਕਰਨੀ ਕੰਮ ਕਰ ਲੈਣੇ ਨੇ ਬਾਅਦ ਚ ਸਟੱਡੀ ਕਰ ਲੂਗੇ ਐਂਡ ਉਹਨਾਂ ਦੀ ਇਹੀ ਲੀਜਨੈਸ ਉਹਨਾਂ ਲਈ ਮਤਲਬ ਕਿ ਇਨ ਦਾ ਐਂਡ ਆ ਪ੍ਰੋਬਲਮ ਦਾ ਵਿਸ਼ੇ ਹੋ ਜਾਂਦਾਗਾ ਸੋ ਯਾ ਮੈਂ ਇਹੀ ਕਹੂੰਗਾ ਤੁਸੀਂ ਸਟੱਡੀ 'ਤੇ ਵੀ ਧਿਆਨ ਦਿਓ ਐਂਡ ਤੁਸੀਂ ਆਪਣੇ ਕੰਮਾਂ 'ਤੇ ਵੀ ਧਿਆਨ ਦਿਓ ਜੇ ਤੁਸੀਂ ਆਪਣੀ ਫੀਸ ਪੂਰੀ ਕਰਨੀ ਹੈ ਤਾਂ ਨਹੀਂ ਤਾਂ ਜੇ ਤੁਸੀਂ ਫੀਸ ਦਾ ਕੋਈ ਚੱਕਰ ਨਹੀਂ ਹੈ ਕਿ ਤੁਸੀਂ ਆਪਣੀ ਸਟੱਡੀ 'ਗਲ ਧਿਆਨ 'ਤੇ ਅੱਛਾ ਰੱਖੋ ਸੋ ਯਾ ਗਾਇਸ ਇਹ ਕੁਛ ਮਿਸਟੇਕਸ ਜੀ ਜੋ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਹੈਗਾ ਐਂਡ ਆਈ ਹੋਪ ਤੁਹਾਨੂੰ ਜਿਹੜੀ ਮੈਂ ਮਿਸਟੇਕਸ ਦੱਸਿਆਂ ਗਿਆ ਉਹ ਨਿਊ ਸਟੂਡੈਂਟs 'ਤੇ ਆ ਕੇ ਨਾ ਕਰਨ ਤਾਂ ਬਹੁਤ ਵਧੀਆ ਲੂੰਗਾ ਸੋ ਯਾ ਬਸ ਅੱਜ ਦੀ ਵੀਡੀਓ ਚ ਇੰਨਾ ਹੀ ਥੈਂਕ ਯੂ ਸੋ ਮੱਚ ਗਾਇਸ ਤੁਸੀਂ ਮੇਰੀ ਵੀਡੀਓ ਨੂੰ ਦੇਖਿਆ ਐਂਡ ਚੈਨਲ ਨੂੰ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਂਡ ਬੈਲ ਆਈਕਨ ਨਬਾਰਾ ਨਾ ਭੁੱਲੀਓ ਤਾਂ ਕਿ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਡੇਲੀ ਟੂ ਡੇਲੀ ਨੋਟੀਫਿਕੇਸ਼ਨ ਮਿਲਦੀ ਰਹੇ ਸੋ ਯਾ ਗਾਇਸ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਦਿਸ ਵੀਡੀਓ ਬਾਏ